ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਝਟਕਾ ਦਿੱਤਾ ਗਿਆ ਹੈ। ਪ੍ਰਿੰਕਾ ਗਾਂਧੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਊਗੀ। ਕਦੋਂ ਦਿੱਤੀ ਜਾਊਗੀ, ਕਿਹੜੀ ਜਨਵਰੀ ਦਿੱਤੀ ਜਾਊਗੀ ਹਾਲ ਤੱਕ ਉਹ ਸਾਹਮਣੇ ਨਹੀਂ ਆਈ ਕਰ। ਇਸ ਕਿਤੇ ਇਹ ਤਾਂ ਨਹੀਂ ਕਿ ਸਿੱਧੂ ਨੂੰ ਕੋਈ ਲਾਲੀਪਾਪ ਦੇ ਵਿੱਚ ਚੁੱਪ ਕਰਾਈ ਬਿਠਾ ਹੋਵੇ ਹਾਈ ਕਮਾਂਡ ਦੇ। ਇਹ ਕੈਪਟਨ ਦੇ ਉੱਪਰ ਇਲਜ਼ਾਮ ਲੱਗਦੇ ਨਹੀਂ ਕਿ ਉਹ ਮੁੱਖ ਮੰਤਰੀ ਨੇ ਤੇ ਜਿਹੜੇ ਐਮਐਲਏ ਨੂੰ ਮਿਲਦੇ ਨਹੀਂ ਹੈਗੇ। ਉਹਨਾਂ ਨੂੰ ਨਹੀਂ ਲੱਗਦਾ ਕਿ ਲੋੜ ਹੈ ਪੰਜਾਬ ਦੇ ਵਿੱਚ ਡਿਪਟੀ ਸੀਐਮ ਦੀ ਕਿ ਜੇਕਰ ਕੈਪਟਨ ਹੁੰਦੇ ਨਹੀਂ ਤਾਂ ਉਹ ਡਿਪਟੀ ਸੀਐਮ ਨੂੰ ਐਮਐਲਏ ਮਿਲ ਸਕਦੇ ਨੇ ਤਾਂ ਫਿਰ ਵੀ ਉਹਨਾਂ ਦੇ ਵੱਲੋਂ ਕਿਉਂ ਨਹੀਂ ਡਿਪਟੀ ਸੀਐਮ ਜਿਹੜਾ ਅਪਾਇੰਟ ਕੀਤਾ ਜਾਂਦਾ। ਇੱਥੇ ਤਾਂ ਐਂ ਕਹਿ ਲਉਣਾ ਕਿ ਦੂਜੇ ਦੇ ਵਿਰੋਧੀ ਨੇ। ਹੂੰ। ਤੇ ਵਿਰੋਧੀ ਮੇਰੇ ਖਿਆਲ ਦੇ ਆ ਗੱਲ ਹੁੰਦੀ ਹੈ ਡਿਪਟੀ ਸੀਐਮ ਦਾ ਉਹਦਾ ਸਿੱਧੂ ਨੂੰ ਦੇ ਦਿੱਤਾ ਜਾਂਦਾ। ਹੂੰ। ਤਾਂ ਇਹ ਕੋ ਜਰੂਰੀ ਨਹੀਂ ਹੈਗਾ ਕਿ ਜਦੋਂ ਕੈਪਟਨ ਬਾਹਰ ਚਲਾ ਜਾਵੇ ਜਾਂ ਅਥਰ ਅਵੇਲੇਬਲ ਨਾ ਹੋਵੇ ਜਾਂ ਲੋਕਾਂ ਦੀ ਮੁਸ਼ਕਲਾਂ ਨਹੀਂ ਸੁਣ ਰਹੀਆਂ ਜਾਂ ਐਮਐਲ ਦੀ ਨਹੀਂ ਸੁਣਉ ਤਾਂ ਡਿਪਟੀ ਸੀਐਮ ਸੁਣਨ ਲੱਗ ਜਾਂਦਾ ਹੈ ਗੱਲ ਸੱਚੀ ਹੈ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਪੱਕੇ ਦੇ ਮੁੱਦਿਆਂ ਤੇ ਤੇ ਪਹਿਲਾਂ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਹੈਗਾ ਕਾਂਗਰਸਾਈ ਕਮਾਂਡ ਦੇ ਵੱਲੋਂ ਝਟਕਾ ਦਿੱਤਾ ਗਿਆ ਉਹਨਾਂ ਨੂੰ ਦਰਅਸਲ ਪਿਛਲੇ ਦਿਨੀ ਖਬਰਾਂ ਆ ਰਹੀਆਂ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਹੋ ਸਕਦਾ ਹੈ ਕਿ ਪੰਜਾਬ ਦਾ ਡਿਪਟੀ ਸੀਐਮ ਬਣਾਇਆ ਜਾ ਸਕਦਾ ਹੈ ਪਰ ਹੁਣ ਜਿਹੜਾ ਕਾਂਗਰਸ ਹਾਈ ਕਮਾਨ ਨੇ ਸਾਫ਼ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਡਿਪਟੀ ਸੀਐਮ ਬਣਾਉਣ ਦੇ ਪ੍ਰਤੀ ਕੋਈ ਵੀ ਮਾਮਲਾ ਵਿਚਾਰ ਅਧੀਨ ਨਹੀਂ ਹੈ ਉਥੇ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਪੰਚਾਇਤਾਂ ਦੀਆਂ ਜ਼ਮੀਨਾਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜਾ ਅੱਜ ਬਿਆਸ ਤੋਂ ਜਿਹੜੀ ਮੰਦਪਾਗੀ ਘਟਨਾ ਸਾਹਮਣੇ ਆਈ ਹੈ ਜਿਦੇ ਵਿੱਚ ਹੈਗਾ ਕਿ 7 ਸਾਲ ਦੀ ਬੱਚੀ ਦੇ ਨਾਲ ਇੱਕ ਸਕੂਲ ਦੇ ਵਿੱਚ ਸਕੂਲ ਦੇ ਹੀ ਵਿਦਿਆਰਥੀ ਦੇ ਵੱਲੋਂ ਗਰੇਪ ਕੀਤਾ ਗਿਆ। ਇਹਨਾਂ ਪੂਰੇ ਮਾਮਲੇ ਦੇ ਉੱਤੇ ਵਿਚਾਰ-ਚਰਚਾ ਕਰਾਂਗੇ। ਵਿਚਾਰ-ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਪ੍ਰਮੇਂਦਰ ਸਿੰਘ ਰਾਏਪੁਰ ਜੀ। ਸਵਾਗਤ ਕਰਦੇ ਹਾਂ ਪ੍ਰਮੇਂਦਰ ਜੀ ਪ੍ਰੋਗਰਾਮ 'ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਸਿਕੰਦਰ ਤੁਹਾਡਾ ਵੀ। ਪ੍ਰਮੇਂਦਰ ਜੀ ਸ਼ੁਰੂਆਤ ਪ੍ਰੋਗਰਾਮ ਦੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਰਾਂਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰ ਫਿਰ ਤੋਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਉਹਨਾਂ ਨੂੰ ਹੋ ਸਕਦਾ ਹੈ ਕਿ ਡਿਪਟੀ ਸੀਆ ਬਣਾਇਆ ਜਾ ਸਕਦਾ ਹੈ ਤੇ ਹੁਣ ਕਾਂਗਰਸ ਹਾਈ ਕਮਾਂਡ ਨੇ ਸਾਫ਼ ਕਰ ਦਿੱਤਾ ਕਿ ਅਜਿਹਾ ਮਾਮਲਾ ਕੋਈ ਵੀ ਵਿਚਾਰ ਅਧੀਨ ਨਹੀਂ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਝਟਕਾ ਕਿੰਨਾ ਕੁ ਵੱਡਾ ਨਵਜੋਤ ਸਿੰਘ ਸਿੱਧੂ ਦੇ ਲਈ ਤੇ ਉਹਨਾਂ ਦੇ ਸਮਰਥਕਾਂ ਦੇ ਲਈ ਦੇਖੋ ਪਹਿਲਾਂ ਤਾਂ ਇਹ ਗੱਲ ਸਾਫ਼ ਹੀ ਹੈ ਕਿ ਜਿਹੜਾ ਹਾਈ ਕਮਾਂਡ ਵੱਲੋਂ ਇਦਾਂ ਦਾ ਕੋਈ ਫੈਸਲਾ ਆਇਆ ਨਹੀਂ ਸੀਗਾ ਲੇਕਿਨ ਇਹ ਜਿਹੜੀਆਂ ਕਿਆਸਰਾਂ ਜੀਆਂ ਸੀਗੀਆਂ ਪੰਜਾਬ ਦੇ ਜਿਹੜੇ ਵਿਧਾਇਕ ਨੇ ਜਾਂ ਕੁਝ ਮੰਤਰੀ ਨੇ ਆ ਜਿਹੜੇ ਕਹਿ ਲਓ ਕਿ ਬਾਕੀ ਟੜਾ ਖੋਹਦੇ ਨੇ ਉਹਨਾਂ ਵੱਲੋਂ ਉਸ ਇਦਾਂ ਦੀਆਂ ਜਿਹੜੀਆਂ ਖਬਰਾਂ ਮੀਡੀਆ ਦੇ ਵਿੱਚ ਦਿੱਤੀਆਂ ਗਈਆਂ ਸੀ ਨਸ਼ਰ ਕੀਤੀਆਂ ਗਈਆਂ ਸੀ ਵੀ ਜੇ ਜੇ ਨਮਜੋਤ ਸਿੱਧੂ ਨੂੰ ਕੋਈ ਅਹੁਦਾ ਦਿੱਤਾ ਜਾਂਦਾ ਜਾਂ ਡਿਪਟੀ ਸੀਐਮ ਦਾ ਅਹੁਦਾ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਵੀ ਚਾਹੀਦਾ ਹੈ ਅੱਛਾ ਬੰਦਾ ਹੈ ਸੋ ਉਹਨਾਂ ਖਬਰਾਂ ਦੇ ਆਧਾਰ ਤੇ ਜਿਹੜਾ ਹੈਗਾ ਆਸ਼ਾ ਕੁਮਾਰੀ ਵੱਲੋਂ ਇਦਾਂ ਦਾ ਬਿਆਨ ਜਿਹੜਾ ਦਿੱਤਾ ਗਿਆ ਬਾਕੀ ਜੀ ਆਪਾਂ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਜੀ ਦਾ ਪਿਛਲੇ ਦਿਨੀ ਰਾਹੁਲ ਗਾਂਧੀ ਦਾ ਬਿਆਨ ਵੀ ਆਇਆ ਸੀਗਾ ਇੱਕ ਅਖਬਾਰੀ ਬਿਆਨ ਸੀ ਜਿਹਦਾ ਦੇ ਵਿੱਚ ਲਿਖਿਆ ਸੀ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹਨਾਂ ਨੇ ਨਵਜੋਤ ਸਿੱਧੂ ਦਾ ਜਿਹੜਾ ਅਸਤੀਫਾ ਹਾਲ ਤੱਕ ਪ੍ਰਵਾਨ ਨਹੀਂ ਕੀਤਾ ਦੂਜਾ ਪ੍ਰਿੰਕਾ ਗਾਂਧੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਸੀ ਕਿ ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਊਗੀ ਕਦੋਂ ਦਿੱਤੀ ਜਾਊਗੀ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਊਗੀ ਹਾਲੇ ਤੱਕ ਉਹ ਸਾਹਮਣੇ ਨਹੀਂ ਆਈ ਗੱਲ ਸੁਖਿੰਦਰ ਸੋ ਇਹ ਗੱਲਾਂ ਜਿਹੜੀਆਂ ਆ ਸਿਆਸੀ ਖੇਤਰਾਂ ਦੇ ਵਿੱਚ ਆਹ ਕਹਿੰਦਾ ਹਲਕਿਆਂ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਨੇ ਲੇਕਿਨ ਇੱਕ ਗੱਲ ਇਹ ਇਨ੍ਹਾਂ ਖਬਰਾਂ ਤੋਂ ਇਹ ਜ਼ਰੂਰ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਚੁੱਪ ਰਹਿ ਕੇ ਵੀ ਲਗਾਤਾਰ ਆਪਣੀ ਪਕੜ ਜਿਹੜੀ ਹੈਗੀ ਹੈ ਉਹ ਬਣਾਈ ਜਾ ਰਿਹਾ ਹੈ ਮਜ਼ਬੂਤ ਪਕੜ ਬਣ ਰਹੀ ਹੈ ਉਹਦੇ ਨਾਲ ਆ ਖਾਸ ਕਰਕੇ ਜਿਹੜਾ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੇ ਕੁਐਸਚਨ ਖੜੇ ਕਰਨ ਵਾਲੇ ਐਮ ਐਲ ਏ ਜਾਂ ਮੰਤਰੀ ਨੇ ਜਿਹੜੇ ਸਰਕਾਰ ਦੇ ਉਹ ਉਹਦੇ ਨਾਲ ਮੈਂ ਕਹਿ ਸਕਦਾ ਕਿ ਉਸੇ ਚੁੱਪ ਨਾਲ ਵੀ ਜਾਂ ਉਹਦੇ ਨਾਲ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਸੰਪਰਕ ਦੇ ਵਿੱਚ ਹੈਗੇ ਨੇ ਚਾਹੇ ਉਹ ਉਹਦੀ ਚੁੱਪ ਕਰਕੇ ਸੰਪਰਕ ਚ ਨੇ ਉਹਦਾ ਪਹਿਲਾਂ ਲੁਕਵੇਂ ਤਰੀਕੇ ਨਾਲ ਉਹਦਾ ਸਾਥ ਦਿੰਦੇ ਸੀ ਲੇਕਿਨ ਹੁਣ ਜਿਹੜਾ ਹੈਗਾ ਸਿੱਧੇ ਤੌਰ ਤੇ ਆ ਕੇ ਉਹਦਾ ਸਾਥ ਦੇਣ ਲਈ ਤਿਆਰ ਨੇ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਬਾ ਨੂੰ ਵੀ ਕਿਸੇ ਪੱਤਰਕਾਰ ਨੇ ਪੁੱਛਿਆ ਸੀਗਾ ਕਿ ਜੇ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਫਿਰ ਹੁਣ ਐਡਾ ਵੱਡਾ ਸੀਨੀਅਰ ਲੀਡਰ ਹੋਵੇ ਜਿਹਦਾ ਕਦ ਕਹਿ ਲਓ ਕਿ ਕੈਪਟਨ ਦੇ ਬਰਾਬਰ ਜਾਂਦਾ ਹੋਏ ਪਾਰਟੀ ਦੇ ਵਿੱਚ ਕਿਉਂਕਿ ਪਾਰਟੀ ਪ੍ਰਧਾਨ ਰਿਹਾ ਹਮਮ ਪ੍ਰਤਾਪ ਸਿੰਘ ਬਾਜਵਾ ਤੇ ਆਪਣੇ ਆਪ ਨੂੰ ਸੀਐਮ ਦਾ ਦਾਅਵਾਧਾਰ ਵੀ ਮੰਨਦਾ ਹੈ ਉਹ ਬੰਦਾ ਇਹ ਕਹੇ ਕਿ ਹਾਂ ਡਿਪਟੀ ਸੀਐਮ ਦਾ ਉਹਦਾ ਜੇ ਨਵਜੋਤ ਸਿੰਘ ਸਿੱਧੂ ਨੂੰ ਦੇ ਦਿੱਤਾ ਜਾਂਦਾ ਤਾਂ ਉਹਦੇ 'ਚ ਇਤਰਾਜ਼ ਵਾਲੀ ਵੀ ਕੋਈ ਗੱਲ ਨਹੀਂ ਤਾਂ ਕਿਤਨਾ ਕਿਤੇ ਐ ਕਹਿ ਲੋ ਕਿ ਜਿਹੜੇ ਆਪਾਂ ਇਹ ਕਹਿ ਸਕਦੇ ਕਿ ਕਾਂਗਰਸ ਦੇ ਪੁਰਾਣੇ ਅ ਬੱਡੇ ਸੀਨੀਅਰ ਲੀਡਰ ਨੇ ਜਿਹੜੇ ਉਹਨਾਂ ਨੂੰ ਵੀ ਨਵਜੋਤ ਸਿੰਘ ਸਿੱਧੂ ਦੇ ਕਿਸੇ ਵੀ ਤਰ੍ਹਾਂ ਦੇ ਜੇ ਆਪਾਂ ਕਹੇ ਇਹਨੂੰ ਕੋਈ ਅਹੁਦਾ ਦਿੱਤਾ ਜਾਂਦਾ ਤਾਂ ਉਹ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਤਾਂ ਹਾਈ ਕਮਾਂਡ ਨੂੰ ਮੇਰੇ ਖਿਆਲ ਕਿਵੇਂ ਇਤਰਾਜ਼ ਹੋ ਸਕਦਾ ਹੈ ਤੋ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੀਆਂ ਗੱਲਾਂ ਨੇ ਉਹ ਤਾਂ 네ਗੇਟਿਵ ਹੋਣਗੀਆਂ ਸਿੱਧੂ ਦੇ ਖਿਲਾਫ ਤਾਂ ਜਾਣਗੀਆਂ ਪਰੰਤੂ ਜੋ ਫੈਸਲਾ ਹਾਈ ਕਮਾਂਡ ਦਾ ਹੁੰਦਾ ਹੈ ਉਹਦੇ ਤੇ ਫੁੱਲ ਚੜਾਉਣਾ ਹਰ ਇੱਕ ਕਾਂਗਰਸੀ ਦਾ ਜਿਹੜਾ ਫਰਜ਼ ਬਣ ਜਾਂਦਾ ਹੈ ਚਾਹੇ ਉਹ ਕੈਪਟਨ ਹੋਵੇ ਚਾਹੇ ਨਵਜੋਤ ਸਿੰਘ ਸਿੱਧੂ ਹੋਵੇ ਤੇ ਜਾਂ ਕੋਈ ਹੋਰ ਇਹਨਾਂ ਦਾ ਲੀਡਰ ਹੋਵੇ। ਦੂਜੇ ਪਾਸੇ ਅਪਕ ਗੱਲ ਹੋਰ ਵੀ ਵਿਚਾਰ ਕਰਦੇ ਆ। ਕਦੇ ਵੀ ਕੋਈ ਪਾਰਟੀਆਂ ਜਿਹੜੀਆਂ ਹੁੰਦੀਆਂ ਨੇ ਨਾ ਸਿਆਸੀ ਪਾਰਟੀਆਂ ਜਾਂ ਤਾਂ ਉਹ ਭਾਗੀ ਬੰਦੇ ਨੂੰ ਦਰਕਨਾਰ ਕਰਦੀਆਂ ਨੇ। ਤੇ ਨਾਲ ਇੱਕ ਇਹ ਵੀ ਹੈਗਾ ਵੀ ਜੇ ਕੋਈ ਬੰਦਾ ਦੂਜੀ ਪਾਰਟੀ ਦੇ ਵਿੱਚੋਂ ਆ ਜਾਵੇ ਤਾਂ ਛੇਤੀ ਕਿਤੇ ਛੇਤੀ ਕਿਤੇ ਉਹਨੂੰ ਕੋਈ ਬਹੁਤਾ ਵੱਡਾ ਅਹੁਦਾ ਦੇ ਕੇ ਨਵਾਜ਼ਦੀਆਂ ਵੀ ਨਹੀਂ ਦੇਖੀਆਂ। ਜੀ। ਪਹਿਲਾਂ ਉਹਦਾ ਦੇ ਦਿੱਤਾ ਜਾਂਦਾ ਲੇਕਿਨ ਕੁਝ ਸਮੇਂ ਬਾਅਦ ਉਹ ਤੋਂ ਲੈ ਲਿਆ ਜਾਂਦਾ ਜਿਵੇਂ ਸਿੱਧੂ ਨਾਲ ਹੋਇਆ ਤਾਂ ਇਹ ਗੱਲ ਇੱਕ ਆਪਣੀ ਨਿੱਜੀ ਰਾਏ ਦੇ ਮੁਤਾਬਕ ਮੈਂ ਇਹ ਵੀ ਕਹਿ ਸਕਦਾ ਕਿ ਕਿਤੇ ਇਹ ਤਾਂ ਨਹੀਂ ਕਿ ਅ ਸਿੱਧੂ ਨੂੰ ਕੋਈ ਲਾਲੀਪਾਪ ਦੇ ਕੇ ਚੁੱਪ ਕਰਾਈ ਬਿਠਾ ਹੋਵੇ ਹਾਈ ਕਮਾਂਡ ਵੀ ਕਿਤੇ ਉਹਨਾਂ ਨੂੰ ਇਹ ਇਹ ਖਤਰਾ ਨਾ ਹੋਵੇ ਕਿ ਜੇ ਸਿੱਧੂ ਨੂੰ ਕਿਸੇ ਤਰ੍ਹਾਂ ਕੋਈ ਇਦਾਂ ਦੇ ਬਿਆਨਬਾਜ਼ੀਆਂ ਨਾਲ ਹੀ ਸਾਰਿਆ ਜਾਂਦਾ ਤੂਕਾ ਤਾਂ ਸਾਰ ਲਿਆ ਜਾਵੇ ਕਿਤੇ ਇਹ ਕਿਉਂਕਿ ਹੁਣ ਸਟਾਰ ਬਣ ਚੁੱਕਿਆ ਨਹੀਂ ਸਿੱਧੂ ਕਿਉਂਕਿ 2 ਸਾਲ ਬਾਕੀ ਨੇ 2022 ਦੀਆਂ ਚੋਣਾਂ ਚ ਇੱਕ ਸਾਲ ਪਹਿਲਾਂ ਜੋਰ ਅਜਮਾਇਸ਼ ਵੀ ਸ਼ੁਰੂ ਹੋ ਜਾਂਦੀ ਹੈ ਅਜਮਾਇਸ਼ ਵੀ ਸ਼ੁਰੂ ਹੋ ਜਾਂਦੀਆਂ ਲੇਕਿਨ ਉਹ ਗੱਲ ਜੇ ਸਿੱਧੂ ਨੂੰ ਇਸ ਤਰ੍ਹਾਂ ਚ ਉੱਪਰ ਬਿਠਾ ਕੇ ਕਾਂਗਰਸ ਦੇ ਵਿੱਚ ਹੀ ਰੱਖਿਆ ਜਾਂਦਾ ਤਾਂ ਉਹ ਕੈਪਟਨ ਲਈ ਵੀ ਫਾਇਦੇਮੰਦ ਹੈ ਤੇ ਹਾਈ ਕਮਾਂਡ ਲਈ ਵੀ ਹਾਈ ਕਮਾਂਡ ਕੀਤੇ ਇਹ ਨਾ ਨਾ ਸੋਚਦੀ ਹੋਵੇ ਕਿ ਸਿੱਧੂ ਨੂੰ ਚੁੱਪ ਬਿਠਾਈ ਰੱਖੋ ਇਦਾਂ ਦੇ ਲਾਲੀਪਾਪ ਦਿੰਦੇ ਰਹੋ ਉਹਨੂੰ ਤੇ ਉਹ ਕਿਤੇ ਹੋਰ ਦੂਜੀ ਪਾਰਟੀ ਕੋਲ ਜੁਆਇਨ ਨਾ ਕਰ ਲੇ ਨਵਾਂ ਧੜਾ ਨਾ ਖੜਾ ਕਰ ਦੇ ਜਿਹੜਾ ਪੰਜਾਬ ਕਾਂਗਰਸ ਦੇ ਲਈ ਉਕੇ ਨਾ ਮੁਸ਼ਕਲਾ ਪੈਦਾ ਕਰ ਸਕਦਾ ਸੋ ਇਹ ਵੀ ਸਿੱਧੂ ਨੂੰ ਸੋਚਣਾ ਚਾਹੀਦਾ ਕਿ ਕਿਤੇ ਉਹਨਾਂ ਉਸ ਲੀਹਾ ਦੇ ਤਾਂ ਨਹੀਂ ਹਾਈ ਕਮਾਂਡ ਚਲ ਰਹੀ ਕਿਉਂਕਿ ਕਾਂਗਰਸ ਦੇ ਵਿੱਚ ਜਿਹੜਾ ਕੈਪਟਨ ਮਨਿੰਦਰ ਸਿੰਘ ਦਾ ਕਦ ਬਹੁਤ ਵੱਡਾ ਹੈ ਹਾਈ ਕਮਾਂਡ ਦੇ ਵਿੱਚ ਉਹਦੀ ਚਲਦੀ ਆ ਆਪਣੇ ਲਈ ਉਹ ਜਦੋਂ ਟਿਕਟਾਂ ਦੀ ਵੰਡ ਹੁੰਦਾ ਤਾਂ ਜਿੱਦਾਂ ਉਹਦੀ ਮੋਹਰ ਚਲਦੀ ਹੁੰਦੀ ਹੈ ਉਦਾਂ ਬੰਦਿਆਂ ਨੂੰ ਕੈਂਡੀਡੇਟਸ ਲਿਆ ਕੇ ਖੜੇ ਕਰ ਦਿੰਦਾ ਹੈ ਆਪ ਦੇ ਪਰਿਵਾਰ ਲਈ ਵੀ ਟਿਕਟਾਂ ਲੈ ਲੰਦਾ ਤਾਂ ਇਹਦਾ ਮਤਲਬ ਤਾਂ ਇਹੀ ਹੈ ਨਾ ਕਿ ਉਹ ਤੇ ਸੁਣੀ ਜਾਂਦੀ ਹੈ ਹਮਮ ਔਰ ਖਾਸ ਕਰ ਹੁਣ ਜਿਹੜਾ ਐਮਪੀ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਸੀਟਾਂ ਜਿੱਤ ਕੇ ਕਾਂਗਰਸ ਝੋਲੀ ਪਾਈਆਂ ਨੇ ਆਪ ਸੀਐਮ ਮੈਂ ਤਾਂ ਕਿਤੇ ਨਾ ਕਿਤੇ ਉਹਦੀ ਜਿਹੜੀ ਹੈਗਾ ਪਕੜ ਤਾਂ ਹੈ ਹਾਈ ਕਮਾਂਡ 'ਚ ਤੇ ਉਹਨੂੰ ਦਰਕਨਾਰ ਨਹੀਂ ਕੀਤਾ ਜਾ ਸਕਦਾ ਉਹਨੂੰ ਆਉਣ ਗੋਲਿਆ ਵੀ ਨਹੀਂ ਕੀਤਾ ਜਾ ਸਕਦਾ ਜੇ ਉਹ ਸਿੱਧੂ ਦੇ ਖਿਲਾਫ ਜਾਂਦਾ ਹੈ ਤਾਂ ਉਹਦੀ ਗੱਲ ਸੁਣੀ ਜਾਏਗੀ ਜ਼ਿਆਦਾ ਸਿੱਧੂ ਤੋਂ ਪਹਿਲਾਂ ਸੁਣੀ ਜਾ ਸਕਦੀ ਆ ਤਾਂ ਇਹ ਵੀ ਇੱਕ ਗੱਲ ਹੈ ਕਿ ਸਿੱਧੂ ਨੂੰ ਇਸੇ ਤਰ੍ਹਾਂ ਨਹੀਂ ਡੰਗ ਢੰਡ ਪਾਇਆ ਜਾ ਰਿਹਾ ਸਿੱਧੂ ਨੂੰ ਕਦੇ ਕੁਝ ਕਹਿਦਾ ਕਦੇ ਕੁਝ ਕਹਿਤਾ ਹਾਈ ਕਮਾਂਡ ਵੱਲੋਂ ਵੀ ਚੁੱਪ ਕਰਕੇ ਬੈਠਾ ਰਹੇ ਜਿਵੇਂ ਉਹ ਬੈਠਾ ਹੈ ਨਾ ਕੈਬਿਨੇਟ 'ਚ ਆ ਹੁਣ ਤੇ ਨਾ ਹੀ ਇਹਨੂੰ ਕੋਈ ਅਹੁਦਾ ਦੇਣਾ ਅਸੀਂ ਸਾਰ ਲਿਆ ਜਾਵੇ ਬੀਜੇਪੀ 'ਚ ਨਾ ਚਲਾ ਜਾਵੇ ਜਾਂ ਕੋਈ ਆਮ ਆਦਮੀ ਪਾਰਟੀ ਵਰਗਿਆਂ ਨਾਲ ਜਾਂ ਆ ਬੈਂਸੋਰੀ ਨੇ ਜਾਂ ਟਕਸਾਲੀ ਨੇ ਇਹਨਾਂ ਨਾਲ ਲੜ ਕੇ ਕੋਤੜਾ ਨਾ ਖੜਾ ਕਰ ਦੇ ਸੋ ਇਹ ਵੀ ਜਿਹੜੀ ਹੈਗੀ ਸਿੱਧੂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਜਾਂ ਤਾਂ ਉਹ ਸਰਗਰਮ ਸਿਆਸਤ ਦੇ ਵਿੱਚ ਆ ਕੇ ਗੁੱਦ ਤੇ ਜਾਂ ਫਿਰ ਹਾਈ ਕਮਾਂਡ ਨੂੰ ਕਹਿਣਾ ਚਾਹੀਦਾ ਉਹਨੂੰ ਕਿ ਸਿੱਧਾ ਜੋ ਗੱਲ ਕਰਨੀ ਹੈ ਸਿੱਧੀ ਗੱਲ ਕਰੇ ਜੇ ਉਹਨੂੰ ਚਾਹਨਾ ਹੈ ਨਮਜੋ ਸਿੱਧੂ ਨੂੰ ਵੀ ਹਾਂ ਸੀਐਮ ਜਾਂ ਡਿਪਟੀ ਸੀਐਮ ਨੂੰ ਬਣਾਉਣਾ ਚਾਹੀਦਾ ਤਾਂ ਗੱਲ ਕਰਕੇ ਲੋਕਾਂ ਦੇ ਵਿੱਚ ਜਿਹੜੀ ਉਕਸੁਕਤਾ ਜਿਹੜੀ ਪਾਈ ਜਾ ਰਹੀ ਹੈ ਹੁਣ ਉਹਨੂੰ ਕਲੀਅਰ ਕਰਨਾ ਚਾਹੀਦਾ ਉਹਨੂੰ ਸਪਸ਼ਟ ਕਰ ਦੇਣਾ ਚਾਹੀਦਾ ਕਿ ਮੈਂ ਆ ਚਾਹਨਾ ਤੇ ਆ ਹੋ ਨਹੀਂ ਰਿਹਾ ਜਿੰਨਾ ਨਵੇਂ ਪਾਸੇ ਹੋਣਾ ਤਾਂ ਵੀ ਦੱਸ ਦੇਣਾ ਚਾਹੀਦਾ ਤੇ ਕਾਂਗਰਸ ਦੇ ਵਿੱਚ ਰਹਿਣਾ ਤਾਂ ਵੀ ਗੱਲ ਕਰਕੇ ਅਗ ਸਰਗਰਮ ਸਿਆਸਤ ਦੇ ਵਿੱਚ ਆ ਜਾਣਾ ਚਾਹੀਦਾ ਲੋਕਾਂ ਦਾ ਭਲਾ ਭਲਾ ਹੋਵੇ ਲੋਕਾਂ ਦੇ ਹੀ ਕੰਮ ਕਰਨੇ ਚਾਹੀਦੇ ਨੇ ਕਿ ਕਾਂਗਰਸ ਸਾਈਕਮਾਨ ਨੂੰ ਸੋਚਣਾ ਨਹੀਂ ਚਾਹੀਦਾ ਕਿ ਜਿਹੜਾ ਹੈਗਾ ਕੈਪਟਨ ਦੇ ਉੱਪਰ ਇਲਜ਼ਾਮ ਲੱਗਦੇ ਨੇ ਕਿ ਉਹ ਮੁੱਖ ਮੰਤਰੀ ਨੇ ਤੇ ਜਿਹੜੇ ਐਮਐਲਏ ਨੂੰ ਮਿਲਦੇ ਨਹੀਂ ਹੈਗੇ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਲੋੜ ਹੈ ਪੰਜਾਬ ਦੇ ਵਿੱਚ ਡਿਪਟੀ ਸੀਐਮ ਦੀ ਕਿ ਜੇਕਰ ਕੈਪਟਨ ਹੁੰਦੇ ਨਹੀਂ ਤਾਂ ਉਹ ਡਿਪਟੀ ਸੀਐਮ ਨੂੰ ਐਮਐਲਏ ਮਿਲ ਸਕਦੇ ਨੇ ਤਾਂ ਫਿਰ ਵੀ ਉਹਨਾਂ ਦੇ ਵੱਲੋਂ ਕਿਉਂ ਨਹੀਂ ਡਿਪਟੀ ਸੀਐਮ ਜਿਹੜਾ ਅਪਾਇੰਟ ਕੀਤਾ ਜਾਂਦਾ ਪੰਜਾਬ ਦੇ ਵਿੱਚ ਦੇਖੋ ਡਿਪਟੀ ਸੀਐਮ ਦਾ ਉਹਦਾ ਤਾਂ ਇੱਕ ਹਾਂਜੀ ਮੈਂ ਪਗਲ ਗੱਲ ਕਰ ਸਕਦੇ ਹਾਂ ਕਿ ਕਿਸੇ ਨੂੰ ਨੇੜੇ ਲਾ ਕੇ ਰੱਖਣ ਲਈ ਜਾਂ ਉਹਨੂੰ ਸਹੂਲਤਾਂ ਸੁਖ-ਸਹੂਲਤਾਂ ਦੇਣ ਲਈ ਹੁੰਦਾ ਜਿਆਦਾਤਰ ਡਿਪਟੀ ਸੀਐਮ ਕੋਈ ਬਹੁਤਾ ਰੋਲ ਅਦਾ ਨਹੀਂ ਕਰਦਾ ਸਰਕਾਰ ਦੇ ਵਿੱਚ ਜਿਵੇਂ ਹੁਣ ਪ੍ਰਕਾਸ਼ ਸਿੰਘ ਬਾਦਲ ਸੀਐਮ ਸੀਗੇ ਤਾਂ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਸੀ ਤਾਂ ਉਹ ਪਿਤਾ ਔਰ ਪੁੱਤ ਦਾ ਰਿਸ਼ਤਾ ਹੋਣ ਦੇ ਨਾਤੇ ਤਾਂ ਸਾਰਾ ਕੁਝ ਸੀ ਡਿਪਟੀ ਸੀਐਮ ਕਰੀ ਜਾਂਦਾ ਸੀਗਾ ਠੀਕ ਹੈ ਪਰੰਤੂ ਉਹ ਤੇ ਰਿਸ਼ਤਾ ਸੀ ਇੱਕ ਜੀ ਇੱਥੇ ਤਾਂ ਐਂ ਕਹਿ ਲਉਣਾ ਕਿ ਦੂਜੇ ਦੇ ਵਿਰੋਧੀ ਨੇ ਹੂੰ ਤੇ ਵਿਰੋਧੀ ਮੇਰੇ ਖਿਆਲ ਜੇ ਆ ਗੱਲ ਹੁੰਦੀ ਹੈ ਡਿਪਟੀ ਸੀਐਮ ਦਾ ਉਹਦਾ ਸਿੱਧੂ ਨੂੰ ਦੇ ਦਿੱਤਾ ਜਾਂਦਾ ਤਾਂ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਜਦੋਂ ਕੈਪਟਨ ਬਾਹਰ ਚਲਾ ਜਾਵੇ ਜਾਂ ਅਥੇ ਅਵੇਲੇਬਲ ਨਾ ਹੋਵੇ ਜਾਂ ਲੋਕਾਂ ਦੀ ਮੁਸ਼ਕਲਾ ਨਹੀਂ ਸੁਣ ਰੇ ਜਾਂ ਐਮਐਲਏ ਦੀ ਨਹੀਂ ਸੁਣੇ ਤਾਂ ਡਿਪਟੀ ਸੀਐਮ ਸੁਣਨ ਲੱਗ ਜੀਦਾ ਪਹਿਲਾਂ ਰਾਜਸਥਾਨ ਦੇ ਵਿੱਚ ਵੀ ਤਾਂ ਜਿਹੜੇ ਦੋਨੋਂ ਕੈਂਡੀਡੇਟ ਸੀਗੇ ਮੁੱਖ ਮੰਤਰੀ ਦਾਵੇਦਾਰ ਦੇ ਉਹਨਾਂ ਦੇ ਵੱਲੋਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਇੱਕ ਨੂੰ ਡਿਪਟੀ ਸੀਐਮ ਬਣਾ ਦਿੱਤਾ ਗਿਆ ਸੀਗਾ ਮੈਂ ਤੁਹਾਨੂੰ ਇਹ ਗੱਲ ਕਰਦਾ ਇੱਕ ਤਾਂ ਸਿੱਧੂ ਦੂਜੀ ਪਾਰਟੀ ਜੋ ਆ ਹੈ ਉਹਦੇ ਨਾਲੋਂ ਸੀਨੀਅਰ ਬਹੁਤ ਬੰਦੇ ਬੈਠੇ ਨੇ ਕਿਤੇ ਉਹ ਨਾ ਤਿੜਕ ਜਾਣ ਇਸ ਗੱਲਾਂ ਨੂੰ ਵੀ ਥੋੜਾ ਜਿਹਾ ਹੋ ਰੱਖਿਆ ਜਾਂਦਾ ਹੈ ਤੇ ਦੂਜੀ ਗੱਲ ਹੈਗੀ ਕਿ ਇੱਕਦਮ ਐਡਾ ਵੱਡਾ ਉਹਦਾ ਦੇਖ ਕੇ ਕੈਪਟਨ ਦਾ ਵਿਰੋਧੀ ਖੜਾ ਕਰਨਾ ਤਾਂ ਕੈਪਟਨ ਦੇ ਖੇਮੇ ਵਿੱਚ ਵੀ ਕੋਈ ਗੱਲ ਜਾ ਸਕਦੀ ਹੈ ਨਾ ਜਾਂ ਕਾਂਗਰਸ ਨੂੰ ਤਾਂ ਆਪਣੀਆਂ ਸੀਟਾਂ ਚਾਹੀਦੀਆਂ ਨੇ ਕਾਂਗਰਸ ਹੁਣ ਵੱਧ ਤੋਂ ਵੱਧ ਜਿਹੜੀਆਂ ਐਂਟੀ ਭਾਜਪਾ ਜਿਹੜੀਆਂ ਸਰਕਾਰਾਂ ਬਣਾਉਣਾ ਚਾਹੁੰਦੀ ਹੈ ਸਟੇਟ ਦੇ ਵਿੱਚ ਬਾਕੀ ਸਟੇਟਾਂ ਦੇ ਵਿੱਚ ਵੀ ਪੰਜਾਬ 'ਚ ਵੀ ਤੇ ਉਹ ਚੀਜ਼ਾਂ ਉਹ ਚੀਜ਼ ਗਵਾਉਣਾ ਵੀ ਨਹੀਂ ਚਾਹੁੰਦੀ ਜੀ ਨਾ ਕਾਂਗਰਸ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਮੰਨਦੀਆਂ ਨੇ ਦੇਖਣੀਆਂ ਪੈਂਦੀਆਂ ਨੇ ਜਦੋਂ ਹਾਈ ਕਮਾਂਡ ਦੇ ਵਿੱਚ ਬੰਦਾ ਉੱਪਰ ਸੀਨੀਅਰ ਹੋ ਕੇ ਗੱਲ ਕਰਦਾ ਹੈ ਸੋਚਦਾ ਹੈ ਤਾਂ ਗੱਲਾਂ ਸਾਰੀਆਂ ਜਿਹੜੀਆਂ ਹੈਗੀਆਂ ਇਹ ਸੋਚਣੀਆਂ ਪੈਂਦੀਆਂ ਨੇ ਮੈਂ ਜਿਵੇਂ ਤੁਸੀਂ ਗੱਲ ਕੀਤੀ ਹੈ ਤਾਂ ਇਹ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਇਹ ਚੀਜ਼ਾਂ ਹੁੰਦੀਆਂ ਨੇ ਕਿਸੇ ਨੂੰ ਸੁੱਖ ਸਹੂਲਤਾਂ ਚੁੱਪ ਕਰਕੇ ਬਿਠਾਉਣ ਦੀ ਦਿੱਤੀਆਂ ਜਾਂਦੀਆਂ ਨੇ ਪਰੰਤੂ ਸਿੱਧੂ ਇੱਥੇ ਚੁੱਪ ਕਰਕੇ ਬੈਠਣ ਵਾਲਾ ਨਹੀਂ ਹੈ ਜੇ ਡਿਪਟੀ ਸੀਐਮ ਦਾ ਉਹ ਤਾਂ ਦੇ ਦਿੱਤਾ ਜਾਂਦਾ ਹੈ ਤਾਂ ਉਹ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਕਰੇਗਾ ਜਿਹੜਾ ਕੈਪਟਨ ਦੀ ਰਾਹ ਦੇ ਵਿੱਚ ਰੋੜਾ ਬਣ ਜਾਣਗੀਆਂ ਤੋ ਮੈਨੂੰ ਲੱਗਦਾ ਕਿ ਇੱਕ ਚੁੱਪ ਕਰਕੇ ਉਹਨੂੰ ਮਤਲਬ ਬਿਆਨਬਾਜ਼ੀ ਕਰਕੇ ਉਹਨੂੰ ਦਲਾਸੇ ਦੇ ਕੇ ਜਾਂ ਲੌਲੀਪੌਪ ਦੇ ਕੇ ਉਹਨੂੰ ਚੁੱਪ ਕਰਕੇ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਇਹ ਗੱਲ ਸਪਸ਼ਟ ਹੋਣੀ ਜ਼ਰੂਰੀ ਹੈ ਲੋਕਾਂ ਲਈ ਤਾਂ ਪ੍ਰਮੇਂਦਰ ਜੀ ਇੱਕ ਮਾਮਲਾ ਹੋਰ ਜਿਹੜਾ ਹੈਗਾ ਸਰਕਾਰ ਦਾ ਸਾਹਮਣੇ ਆ ਰਿਹਾ ਕਿ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਉੱਪਰ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਕਿ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਉੱਪਰ ਸਰਕਾਰ ਦੇ ਵੱਲੋਂ ਧੱਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਇਸ ਮੁੱਦੇ ਨੂੰ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਵੀ ਚੁੱਕਿਆ ਜਾ ਰਿਹਾ ਅਸਲ ਦੇ ਵਿੱਚ ਇਹ ਮਾਮਲਾ ਹੈ ਕਿ ਇਨਾ ਇੱਕ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਜਿਹਦੇ ਤਹਿਤ ਜਿਹੜੀਆਂ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਨੇ ਉਹਨਾਂ ਨੂੰ ਪੰਜਾਬ ਲੱਗੂ ਉਦਯੋਗ ਨਿਗਮ ਨੂੰ ਦਿੱਤਾ ਜਾਣਾ ਹੈ ਸਨਤੀ ਵਿਭਾਗ ਨੂੰ ਜਿਹੜੀਆਂ ਉਹਨਾਂ ਦਿੱਤੀਆਂ ਜਾਣੀਆਂ ਨੇ ਉਹਨਾਂ ਦੇ ਉੱਪਰ ਛੋਟੇ ਉਦਯੋਗ ਖੋਲੇ ਜਾ ਸਕਦੇ ਨੇ ਜਾਨੀ ਕਿ ਸਨਤੀ ਘਰਾਣੇ ਦੇ ਜਿਹੜੇ ਉਹਨਾਂ ਨੂੰ ਐਗਲੋ ਇੰਡਾਇਰੈਕਟ ਵੀ ਨਾਲ ਜਾਂ ਡਾਇਰੈਕਟ ਵੀ ਨਾਲ ਜਿਹੜਾ ਸਿੱਧੇ ਜਾਂ ਸਿੱਧੇ ਤੌਰ ਤੇ ਉਹਨਾਂ ਤੱਕ ਜ਼ਮੀਨਾਂ ਪੋਚਾਈਆਂ ਜਾ ਰਹੀਆਂ ਨੇ ਜਿਹੜਾ ਪੰਜਾਬ ਵਿਰੋਧੀ ਫੈਸਲਾ ਹੈ ਪੰਜਾਬ ਦੇ ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦੇ ਦੋ ਤਿਹਾਈ ਪਿੰਡਾਂ ਜਾਨਕਿ 7941 ਪਿੰਡਾਂ ਦੇ ਕੋਲ ਸ਼ਾਮਲਾ ਜ਼ਮੀਨ ਹੈ ਉਹ ਲੱਖਾਂ ਕਰੋੜਾਂ ਲੋਕਾਂ ਦਾ ਰੋਜ਼ਗਾਰ ਇਹਦੇ ਨਾਲ ਜੁੜਿਆ ਹੋਇਆ ਤੇ ਕਈ ਪਿੰਡ ਤਾਂ ਇਹੋ ਜਿਹੇ ਨੇ ਜੇ ਬਹੁਤੇ ਪਿੰਡ ਕਹ ਲਓ ਬਹੁਤੇ ਪਿੰਡੇ ਇਦਾਂ ਦੇ ਨੇ ਕਿ ਜੇ ਉਹਨਾਂ ਦੀ ਸ਼ਾਮਲਾ ਜ਼ਮੀਨ ਦੀ ਬੋਲੀ ਰੁਕ ਜਾਂਦੀ ਹੈ ਤਾਂ ਉਹਨਾਂ ਦਾ ਵਿਕਾਸ ਰੁਕ ਜਾਊਗਾ ਔਰ ਇੰਨੇ ਇੰਨੇ ਸਮਰੱਥ ਨੇ ਉਹ ਪਿੰਡ ਕਿ ਉਹਨਾਂ ਨੂੰ ਆਪਣੇ ਸ਼ਾਮਲਾਤ ਬੋਲੀ ਤੋਂ ਹੀ ਸ਼ਾਮਲਾ ਜ਼ਮੀਨ ਦੀ ਬੋਲੀ ਤੋਂ ਇੰਨਾ ਕ ਪੈਸਾ ਮਿਲ ਜਾਂਦਾ ਹੈ ਆਮਦਨ ਹੋ ਜਾਂਦੀ ਹੈ ਕਿ ਉਹਨਾਂ ਨੂੰ ਗ੍ਰਾਂਟ ਦੀ ਲੋੜ ਹੀ ਨਹੀਂ ਪੈਂਦੀ। ਤੇ ਉਹ ਸਾਰੀਆਂ ਚੀਜ਼ਾਂ ਦੇਖ ਕੇ ਜੇ ਅੱਜ ਇਦਾਂ ਦਾ ਫੈਸਲਾ ਲਿਆ ਜਾਂਦਾ ਹੈ ਤਾਂ ਇਹਨੂੰ ਲੋਕ ਜਿਹੜੇ ਹੈਗੇ ਨੇ ਔਰ ਪੰਚਾਇਤਾਂ ਜਿਹੜੀਆਂ ਹੈਗੀਆਂ ਉਹਨਾਂ ਹੱਥਾ ਕਰਦਾ ਜਾਊਗਾ ਪਿੰਡ ਉਜੜਨ ਦੀ ਸਥਿਤੀ 'ਚ ਆ ਸਕਦੇ ਨੇ ਇੱਕ ਨਾ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਸੀਗੀ। ਹੂੰ ਸੁਪਰੀਮ ਕੋਰਟ ਦੇ ਜੱਜ ਨੇ ਟ੍ਰਿਬਿਊਨਲ ਦੀ ਰਿਪੋਰਟ ਉਹਨਾਂ ਨੇ ਟ੍ਰਿਬਿਊਨਲ ਇਹ ਬਣਾਇਆ ਸੀਗਾ ਜਦੋਂ ਪਿੰਡਾਂ ਦੀ ਆ ਜ਼ਮੀਨਾਂ ਦੇ ਸਬੰਧ ਵਿੱਚ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਸੀ 29 ਮਈ 2012 ਨੂੰ ਇਹਦਾ ਗਠਨ ਹੋਇਆ ਸੀ ਟ੍ਰਿਬਿਊਨਲ ਦਾ ਤਾਂ ਉਹਦੇ ਉਦਾਰਤ ਜਿਹੜਾ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਪੰਜਾਬ ਦੀਆਂ ਸ਼ਾਮਨਾਤ ਜ਼ਮੀਨਾਂ ਨੇ ਉਹਨਾਂ ਤੇ ਜ਼ਿਆਦਾਤਰ ਪਹਿਲਾਂ ਹੀ ਅਫਸਰ ਸਰਕਾਰੀ ਤੇ ਜਾਂ ਸਿਆਸਤਦਾਨਾਂ ਨੂੰ ਉਹ ਕਾਬਜ਼ ਨੇ ਉਹਨਾਂ ਦਾ ਕਬਜ਼ਾ ਹੈ ਜੀ ਉਹਨਾਂ ਨੇ ਰਿਪੋਰਟ ਦੇ ਵਿੱਚ ਦੱਸਿਆ ਗਿਆ ਸੀ ਉਹਨਾਂ ਨੇ ਦਿੱਤੀ ਜਿਹੜੀ ਰਿਪੋਰਟ ਉਹਦੇ ਵਿੱਚ ਇਹ ਖਲਾਸਾ ਕਰਿਆ ਗਿਆ ਸੀਗਾ ਕਿ 25 ਹਜ਼ਾਰ ਕਰੋੜ ਰੁਪਏ ਦੀ ਜਿਹੜੀ ਜ਼ਮੀਨ ਹੈ ਉਹ ਉਹਦੇ ਤੇ ਸਰਕਾਰੀ ਅਫਸਰ ਔਰ ਆ ਸਿਆਸਤਦਾਨ ਜਿਹੜੇ ਹੈਗੇ ਨੇ ਉਹ ਉਹਨਾਂ ਦਾ ਕਬਜ਼ਾ ਹੋਇਆ ਪਿਆ ਪਹਿਲਾਂ ਹੀ ਕਬਜ਼ਾ ਹੋਇਆ ਪਿਆ ਜੀ ਤਾਂ ਜੇ ਇਹਨਾਂ ਇਹਨਾਂ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਹਟਾਉਣ ਦੀ ਬਜਾਏ ਹੁਣ ਨਵਾਂ ਜਿਹੜਾ ਬੁਖੇੜਾ ਉਹ ਖੜਾ ਕਰ ਦਿੱਤਾ ਗਿਆ ਕਿ ਅ ਸਿੱਧੇ ਤੌਰ ਤੇ ਕਹਿੰ ਐ ਕਹ ਲੋ ਕਿ 25% ਦੀ ਤੁਸੀਂ ਰਕਮ ਅਦਾ ਕਰਕੇ ਹਮ ਜਿਹੜੀ ਜ਼ਮੀਨ ਦੀ ਮਾਲਕੀ ਹੈ ਉਹ ਪੰਜਾਬ ਲਘੂ ਉਦਯੋਗ ਜਿਹੜੀ ਨਿਗਮਾ ਕੋ ਲੈ ਲੂਗਾ ਹਮ ਉਤੋਂ ਬਾਅਦ ਜਿਹੜੀ 75% ਦੀ ਜਿਹੜੀ ਰਕਮ ਹੈਗੀ ਉਹ ਵੀ ਕਿਸ਼ਤਾਂ ਚਾਉਣੀ ਆ ਹੂੰ ਹੁਣ ਕੁਐਸਚਨ ਇਹ ਵੀ ਉੱਠ ਜਾਂਦਾ ਇੱਥੇ ਕਿ ਜੇ ਜਿਹੜੀਆਂ ਕੇਂਦਰ ਸਰਕਾਰ ਜੇ ਕੇਂਦਰ ਦੇ ਵਿੱਚ ਜਿਹੜੀ ਪਾਰਟੀ ਹੈਗੀ ਜੇ ਸਰਕਾਰ ਬਣੀ ਹੋਈ ਹੈ ਉਹ ਸਟੇਟਾਂ ਦਾ ਜੀਐਸਟੀ ਨਹੀਂ ਦੇ ਸਕਦੀ ਹੂੰ ਜੀਐਸਟੀ ਰੋਕਿਆ ਬੈਠਾ ਪੰਚਾਇਤਾਂ ਨੂੰ ਅ ਇੰਨਾ ਪੈਸਾ ਜਿਹੜਾ ਕਿਸ਼ਤਾਂ ਦੇ ਰੂਪ ਵਿੱਚ ਕਿਵੇਂ ਅਦਾ ਕੀਤਾ ਜਾਊਗਾ ਹੂੰ ਤੇ ਇਸ ਪੈਸਾ ਲੈਣ ਲਈ ਇਹ ਪੈਸਾ ਆਪਣਾ ਜਿਹੜਾ ਹੱਕ ਹੈ ਉਹ ਲੈਣ ਵਾਸਤੇ ਕਿੰਨੀਆਂ ਕਿ ਪੰਚਾਇਤਾਂ ਕਿੰਨੇ ਕਿੰਨੇ ਕ ਕੇਸ ਲੜਨਗੀਆਂ ਜਾਂ ਹਾਈ ਕੋਰਟ ਦੇ ਵਿੱਚ ਜਾ ਕੇ ਖੜ੍ਹ ਜਾਣਗੀਆਂ ਸੋ ਇਹ ਐਂ ਕਹਿ ਲੋ ਕਿ ਸਿੱਧੇ ਤੌਰ ਤੇ ਪੰਜਾਬ ਵਿਰੋਧੀ ਫੈਸਲਾ ਹੈਗਾ ਕਰੋੜਾਂ ਲੋਕਾਂ ਦੀ ਰੋਜ਼ੀ ਰੋਟੀ ਜਿਹੜੀ ਖਤਮ ਹੋ ਜਾਂਦੀ ਹੈ ਬਹੁਤ ਸਾਰੇ ਲੋਕ ਵਿਚਾਰੇ ਰੋਜ਼ਗਾਰ ਦੇ ਤੌਰ ਤੇ ਇਹ ਨਾ ਜ਼ਮੀਨਾਂ ਦੇ ਉੱਤੇ ਆਪਣਾ ਕੰਮ ਕਰਦੇ ਨੇ ਖੇਤੀਬਾੜੀ ਕਰਦੇ ਨੇ ਤੋਂ ਉਹਨਾਂ ਤੋਂ ਇਹ ਜ਼ਮੀਨਾਂ ਜਿਹੜੀਆਂ ਖੋਹੀਆਂ ਜਾ ਰਹੀਆਂ ਨੇ ਇਹਦੇ ਵਿਰੁੱਧ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਤੇ ਆ ਕਈ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਜਿਹੜਾ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਤੇ ਨਾਲ ਧਰਨੇ ਦੀ ਗੱਲ ਕਰਦੇ ਆ ਵੀ ਧਰਨੇ ਦੀ ਧਰਨੇ ਦੇਵਾਂਗੇ ਅਸੀਂ ਤੇ ਧਰਨਿਆਂ ਦੇ ਇਹ ਇਹਨੂੰ ਜਿਹੜਾ ਫੈਸਲਾ ਵਾਪਸ ਲੈਣਾ ਪਏਗਾ ਇਹ ਜਿਹੜੀ ਮੈਂ ਗੱਲ ਕਰਦਾ ਸੀ ਟ੍ਰਿਬਿਊਨਲ ਦੀ ਜਸਟਿਸ ਕੁਲਦੀਪ ਸਿੰਘ ਦਾ ਇਹ ਕੱਲਾ ਮੁਹਾਲੀ ਜ਼ਿਲ੍ਹੇ ਚ ਹੋਇਆ ਸੀਗਾ ਮੁਹਾਲੀ ਜ਼ਿਲ੍ਹੇ ਦੀ ਗੱਲ ਕਰਦਾ ਮੈਂ ਮੁਹਾਲੀ ਜ਼ਿਲ੍ਹੇ ਦੇ ਵਿੱਚੋਂ ਹੀ ਉਹਨਾਂ ਨੇ ਦੱਸਿਆ ਕਿ 25000 ਕਰੋੜ ਰੁਪਏ ਦੀ ਜਿਹੜੀ ਜ਼ਮੀਨ ਹੈ ਉਹ ਮਤਲਬ ਬਾਜ਼ਾਰੂ ਕੈਮਤ ਉਹਦੀ 25000 ਕਰੋੜ ਬਣਦੀਆਂ ਉਹਨਾਂ ਦੇ ਉੱਪਰ ਅਫਸਰ ਔਰ ਸਿਆਸਤਦਾਨ ਜਿਹੜੇ ਹੈਗੇ ਆ ਉਹ ਭਾਰੂ ਹੈ ਨੇ ਉਹਨਾਂ ਦਾ ਕਾਬੂ ਹੈ ਜੀ ਤੇ ਹੁਣ ਵਿਚਾਰੇ ਕਿਸਾਨ ਜਾਂ ਜਿਹੜੇ ਛੋਟੇ ਮਜ਼ਦੂਰ ਨੇ ਜਿਹਦੇ ਉਹਨਾਂ ਜ਼ਮੀਨਾਂ ਦੇ ਸਹਾਰੇ ਰੋਜ਼ੀ ਰੋਟੀ ਕਮਾ ਰਹੇ ਨੇ ਉਹ ਕਿੱਧਰ ਜਾਣਗੇ ਉਹ ਸਾਰਾ ਕੁਝ ਸਰਕਾਰ ਨੂੰ ਸੋਚਣਾ ਚਾਹੀਦਾ ਮਤਲਬ ਇਹ ਬਹੁਤ ਵੱਡਾ ਕਹਿ ਲੋ ਫੈਸਲਾ ਹੈ ਲੇਕਿਨ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਨਹੀਂ ਫਿਲਹਾਲ ਨਹੀਂ ਜਾ ਰਿਹਾ ਇਹ ਪ੍ਰਮਦਰ ਜੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬਿਆਸ ਤੋਂ ਇੱਕ ਵਾਰ ਫਿਰ ਤੋਂ ਜਿਹੜੀ ਹੈਗੀ ਇੱਕ ਬੱਚੀ ਦੇ ਨਾਲ ਸਕੂਲ ਦੇ ਹੀ ਵਿਦਿਆਰਥੀ ਦੇ ਵੱਲੋਂ ਰੇਪ ਦੀ ਘਟਨਾ ਸਾਹਮਣੇ ਆ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਲਗਾਤਾਰ ਇਹ ਰੇਪ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਕਿਉਂ ਨਹੀਂ ਰੁਕ ਰਹੀਆਂ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਦੇਖੋ ਜ਼ਿੰਮੇਵਾਰ ਤਾਂ ਸਾਰੇ ਹੀ ਹੁੰਦੇ ਨੇ ਜਦੋਂ ਪਰਿਵਾਰ ਤੋਂ ਇਹ ਗੱਲ ਸ਼ੁਰੂ ਹੁੰਦੀ ਹੈ ਇਕੱਲਾ ਲੜਕੀਆਂ ਨੂੰ ਆਪਾਂ ਦੱਬ ਕੇ ਗੱਲ ਰੱਖਣ ਦੀ ਗੱਲ ਕਰਦੇ ਕਿ ਇਹਨਾਂ ਨੂੰ ਪਰਦੇ ਚ ਰੱਖੋ ਜਾਂ ਇਹਨਾਂ ਨੂੰ ਇਹਨਾਂ ਨੂੰ ਕੰਮ ਕਰਾਉਣਾ ਚਾਹੀਦਾ ਹੈ ਘਰ ਦਾ ਜਾਂ ਇਹਨਾਂ ਦੀ ਰਾਖੀ ਕਰਨੀ ਚਾਹੀਦੀ ਹੈ ਜਾਂ ਲੜਕੀਆਂ ਐ ਨਾ ਕਰਨ ਜਾਂ ਬੰਦਸ਼ਾਂ ਜਿੰਨੀਆਂ ਵੀ ਹੈਗੀਆਂ ਨੇ ਸਾਰੀਆਂ ਲੜਕੀਆਂ ਦੇ ਲਾਗੂ ਹੁੰਦੀਆਂ ਨੇ ਚਾਹੇ ਪਰਿਵਾਰਕ ਬੰਦਸ਼ ਐ ਚਾਹੇ ਸਕੂਲ ਦੀ ਐ ਚਾਹੇ ਕਾਲਜ ਦੀ ਐ ਯੂਨੀਵਰਸਿਟੀ ਦੀ ਐ ਹੋਸਟਲ ਦੀ ਐ ਸੁਸਾਇਟੀ ਦੀ ਐ ਸਮਾਜ ਦੀ ਸਾਰੀਆਂ ਬੰਦਸ਼ਾਂ ਆਪਾਂ ਦੇਖਦੇ ਹਾਂ ਕਿ ਲੜਕੀਆਂ ਲਈ ਹੁੰਦੀਆਂ ਨੇ ਲੇਕਿਨ ਲੜਕੀਆਂ ਦੇ ਲਈ ਕੋਈ ਬੰਦਸ਼ ਨਹੀਂ ਐ ਲੜਕੇ ਜਿਵੇਂ ਮਰਜ਼ੀ ਖੁੱਲਾ ਬਚਪਨ ਤੋਂ ਹੀ ਦੇਖ ਲਓ ਲੜਕੀਆਂ ਨੂੰ ਘਰਾਂ ਦੇ ਵਿੱਚ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਜੇ ਉਹ ਕੁਝ ਚੀਜ਼ ਦੀ ਜਿੱਦ ਕਰਦਾ ਤਾਂ ਉਹਦੀ ਜਿੱਦ ਪੂਰੀ ਕੀਤੀ ਜਾਂਦੀ ਹੈ ਛੋਟੀ ਬੱਚੀ ਦੀ ਜਿੱਦ ਪੂਰੀ ਨਹੀਂ ਕਰੀ ਜਾਂਦੀ ਹੂੰ ਉਹਦੇ ਮੁਕਾਬਲੇ ਚਾਹੇ ਹਾਮ ਉਮਰ ਹੋਣ ਦੋਨੋਂ ਬੱਚੇ ਜੀ ਤੇ ਉੱਥੋਂ ਹੀ ਇਹ ਸ਼ੁਰੂ ਹੋ ਜਾਂਦਾ ਹੈ ਉੱਥੋਂ ਹੀ ਜਿੱਦ ਦਾ ਕੰਮ ਜਾਂ ਆਪਣੇ ਆਪ ਨੂੰ ਵੱਡਾ ਕਹਾਉਣ ਦਾ ਜਾਂ ਸਮਝਣ ਦਾ ਜਿਹੜਾ ਸਿਲਸਲਾ ਉੱਥੋਂ ਸ਼ੁਰੂ ਹੋ ਜਾਂਦਾ ਸਭ ਬੱਚੇ ਚ ਹੂੰ ਤੇ ਅੱਗੇ ਪੜ੍ਹਾਈ ਵੀ ਇਦਾਂ ਦੀ ਹੈਗੀ ਹੈ ਹੁਣ ਸਕੂਲਾਂ ਦੇ ਵਿੱਚ ਮੋਰਲ ਐਜੂਕੇਸ਼ਨ ਹੈ ਹੀ ਨਹੀਂ ਹੂੰ ਕੁਝ ਦੱਸਿਆ ਹੀ ਨਹੀਂ ਜਾਂਦਾ ਹੂੰ ਇਹ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੀਆਂ ਕਿ ਹਰ ਇੱਕ ਨੂੰ ਸਮਝਣਾ ਚਾਹੀਦਾ ਕਿ ਅਸੀਂ ਕਿੱਥੇ ਕਿਹੜੀ ਸੋਸਾਇਟੀ ਨੂੰ ਅਸੀਂ ਬਿਲੋਂਗ ਕਰ ਰਹੇ ਹਾਂ ਕਿੱਥੇ ਅਸੀਂ ਖੜੇ ਹਾਂ ਸਾਡਾ ਸੱਭਿਆਚਾਰ ਕੀ ਹੈ ਅਸੀਂ ਬੱਚਿਆਂ ਦੇ ਵਿੱਚ ਉਹ ਸੱਭਿਆਚਾਰ ਕਿਵੇਂ ਭਰਾਂਗੇ ਕੁਝ ਨਹੀਂ ਪਤਾ ਹੁਣ ਅੱਜ ਦੋ ਬੱਚਿਆਂ ਦੀ ਜ਼ਿੰਦਗੀ ਖਰਾਬ ਹੋਈ ਆ ਚਾਹੇ ਉਹ ਦੋਸ਼ੀ ਆ ਚਾਹੇ ਪੀੜਤ ਆ ਬੱਚੇ ਦੋਨੋਂ ਦੋਨਾਂ ਦੀ ਜ਼ਿੰਦਗੀ ਖਰਾਬ ਹੋਈ ਆ ਦੋਨਾਂ ਦੇ ਮਾਪਿਆਂ ਦੇ ਐ ਕਹ ਲੋ ਕਿ ਚਾਹੇ ਦੋਸ਼ੀ ਸੀ ਉਹ ਉਹ ਉਨੇ ਉਹਨੂੰ ਨਹੀਂ ਸਿੱਖਿਆ ਮਿਲੀ ਸੀ ਇਹ ਜਾਂ ਲੇਕਿਨ ਹੁਣ ਫਿਲਹਾਲ ਦੀ ਘੜੀ ਦੋਨੋਂ ਪਰਿਵਾਰਾਂ ਦੇ ਉੱਤੇ ਤਾਂ ਦੁੱਖਾਂ ਦਾ ਪਹਾੜ ਲੱਗ ਗਿਆ ਹਨ ਉਸ ਬੱਚੀ ਦਾ ਕਸੂਰ ਕੋਈ ਨਹੀਂ ਸੀ ਕਸੂਰ ਉਸ ਬੱਚੇ ਦਾ ਐ ਕਹਿ ਲੋ ਕਿ ਉਹਨੂੰ ਨਹੀਂ ਸਿੱਖਿਆ ਮਿਲੀ ਜਾਂ ਉਹਨੂੰ ਨਹੀਂ ਸਮਝਾਇਆ ਗਿਆ ਜਾਂ ਉਹ ਗਲਤ ਸੋਸਾਇਟੀ ਚ ਪਿਆ ਤੇ ਉਹ ਸਜ਼ਾ ਦਾ ਪਾਗੀਦਾਰ ਤਾਂ ਹੈ ਹੁਣ ਲੋਕ ਸੜਕਾਂ ਤੇ ਉਤਰ ਕੇ ਬਿਆਸ ਬੰਦ ਹੋ ਗਿਆ ਜਾਂ ਕੁਝ ਹੋ ਗਿਆ ਸਕੂਲ ਰੱਦ ਕਰੋ ਮਾਨਤਾ ਰੱਦ ਕਰੋ ਕਿਨਾ ਕਿਨਾ ਸਕੂਲਾਂ ਦੀ ਮਾਨਤਾ ਰੱਦ ਹੋਏਗੀ ਕਿਨਾ ਕਿਨਾ ਸੜਕਾਂ ਤੇ ਜਾਮ ਲੱਗਣਗੇ ਹਰ ਤਾਂ ਹਰ ਮੋੜ ਤੇ ਹਾ ਘਟਨਾ ਵਾਪਰ ਰਹੀ ਹੈ ਤੇ ਮੀਡੀਆ ਥੋੜਾ ਜਿਹਾ ਸਰ ਐ ਕਹ ਲੋ ਕਿ ਹੁਣ ਸਰਗਰਮ ਹੈਗਾ ਇਸ ਕਰਕੇ ਕੁਝ ਕੁ ਘਟਨਾਵਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਨੇ ਬਾਕੀ ਤਾਂ ਹਾਲੇ ਵੀ ਬਹੁਤ ਬਥੇਰਾ ਕੁਝ ਪਿਆ ਜਿਹੜਾ ਜਿਹੜਾ ਦੱਬਿਆ ਰਹਿ ਜਾਂਦਾ ਜਿਹਨੂੰ ਕਹਿ ਦਿੱਤਾ ਜਾਂਦਾ ਕਿ ਤੁਪ ਕਰ ਜੋ ਗੱਲ ਇੱਥੇ ਦੱਬ ਲਓ ਤੇ ਸਾਹਮਣੇ ਨਾ ਆਵੇ ਲੋਕਾਂ ਚ ਬੇਇੱਜ਼ਤੀ ਹੋਣੀ ਹੈ ਬਹੁਤ ਸਾਰੀਆਂ ਐਹੋ ਜਿਹੀਆਂ ਲੜਕੀਆਂ ਨੇ ਜਿਹੜੀਆਂ ਆਪਣਾ ਇਦਾਂ ਦਾ ਦੁੱਖ ਸਹਾਰਦੀਆਂ ਨੇ ਔਰ ਆਪਣੇ ਅੰਦਰ ਹੀ ਘੁੱਟਣ ਲੈ ਕੇ ਉਹ ਸਾਰੀ ਜ਼ਿੰਦਗੀ ਕੱਟ ਦਿੰਦੀਆਂ ਨੇ ਸੋ ਇਹ ਇਦਾਂ ਇਹਨਾਂ ਦਾ ਮਸਲੇ ਦਾ ਹੱਲ ਨਹੀਂ ਸਖਤ ਸਜ਼ਾਵਾਂ ਜ਼ਰੂਰ ਮੰਗ ਰਿਆ ਅੱਜ ਸਮਾਜ ਮੰਗ ਰਿਹਾ ਕਿ ਸਖਤ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਸਖਤ ਸਜ਼ਾ ਤਾਂ ਦੇਖੋ ਪਹਿਲਾਂ ਫਾਂਸੀ ਦੀ ਸਜ਼ਾ ਸੀ ਕਤਲ ਕਰਨ ਵਾਲੇ ਨੂੰ ਫਾਂਸੀ ਹੋ ਜਾਂਦੀ ਸੀ ਹੁਣ ਵੀ ਉਮਰ ਕਾਇਤ ਚ ਤਬਦੀਲ ਹੈ ਉਹ ਚੀਜ਼ ਪਰ ਤੁਹਾਨੂੰ ਤਾਂ ਇਹ ਗੱਲ ਇਹ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਦੇ ਵੱਲੋਂ ਕਿ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਮੋਦੀ ਸਰਕਾਰ ਦੇ ਵੱਲੋਂ ਕਿਤੇ GST ਲਾਗੂ ਕੀਤੀ ਜਾਂਦੀ ਹੈ ਨੋਟਬੰਦੀ ਲਾਗੂ ਕੀਤੀ ਜਾਂਦੀ ਹੈ 370 ਤਾਰਾ ਹਟਾਈ ਜਾਂਦੀ ਹੈ ਨਾਗਰਿਕਤਾ ਸੋਧ ਬਿੱਲ ਜਿਹੜਾ ਹੈਗਾ ਪਾਸ ਕੀਤਾ ਜਾਂਦਾ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਰੇਪ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੀ ਮੋਦੀ ਸਰਕਾਰ ਨੂੰ ਸਖਤ ਕਾਨੂੰਨ ਜਿਹੜਾ ਬਣਾਉਣਾ ਚਾਹੀਦਾ ਹੈ ਮੈਂ ਉਹੀ ਗੱਲ ਕਰ ਰਿਹਾ ਸੀ ਵੀ ਪਹਿਲਾਂ ਕਤਲ ਵਾਸਤੇ ਵੀ ਫਾਂਸੀ ਸਜ਼ਾ ਸੀ ਤੇ ਅੱਜ ਵੀ ਉਮਰ ਕੈਦ ਹੈ ਮਤਲਬ ਤਾਂ ਉਮਰ ਵੀ ਜੇਲ੍ਹ ਚ ਰਹਿ ਜਾਂਦਾ ਕੱਲੀ ਸਖਤ ਸਜ਼ਾ ਹੋਈ ਵੀ ਹੈ ਬਹੁਤ ਲੋਕਾਂ ਨੂੰ ਹੋਈ ਆ ਉਹਨਾਂ ਪਿੰਡਾਂ ਦੇ ਵਿੱਚ ਵੀ ਲ ਹੋਈ ਆ ਸਭ ਨੂੰ ਪਤਾ ਕਿ ਫਾਂਸੀ ਵੀ ਹੋ ਜਾਂਦੀ ਹੈ ਤੇ 20 ਸਾਲ ਹੀ ਕੱਟਿਆ ਕੋਈ ਤਾਂ ਉਮਰ ਜੇਲ੍ਹ ਚ ਹੈਗਾ ਹੁਣ ਲੇਕਿਨ ਕੀ ਕਤਲ ਘਟਗੇ ਠੀਕ ਹੈ ਸਜ਼ਾ ਹੋਣੀ ਚਾਹੀਦੀ ਹੈ ਇਸ ਗੱਲ ਨਾਲ ਸਹਿਮਤ ਹਾਂ ਸੀ ਵੀ ਹਾਂ ਜੇ ਉਹਨਾਂ ਨੇ ਬਿਨਾ ਬੇਕਸੂਰ ਇੱਕ ਬੱਚੇ ਬੱਚੀ ਨਾਲ ਇਤਾਂ ਦਾ ਘਣਾਉਣਾ ਜੁਰਮ ਕੀਤਾ ਉਹਦੇ ਲਈ ਸਜ਼ਾ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਵੀ ਮੰਗ ਕਰਦੇ ਹਾਂ ਪਰੰਤੂ ਇਹਦੇ ਇਹ ਦੀ ਜੜ ਤੱਕ ਵੀ ਜਾਣਾ ਜ਼ਰੂਰੀ ਹੈ ਸਾਡੇ ਲਈ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਤਾਂ ਸਾਨੂੰ ਸਮਾਜ ਅਸੀਂ ਵੀ ਸਮਾਜ ਚ ਸਾਡੇ ਬੱਚੇ ਵੀ ਅੱਗੇ ਸਮਾਜ ਚ ਨੇ ਚਾਹੇ ਮੁੰਡਾ ਚਾਹੇ ਲੜਕੀ ਆ ਤੇ ਸਾਨੂੰ ਇਹ ਸਮਾਜ ਨੂੰ ਸੁਧਾਰਨਾ ਅਸੀਂ ਹੁਈ ਅਸੀਂ ਹੁਈ ਸਮਾਜ ਆ ਜਿਸ ਅਸੀਂ ਸਾਡੇ ਚ ਵੀ ਕਮੀ ਹੈ ਅਸੀਂ ਇਹਨੂੰ ਗੱਲ ਨੂੰ ਇਗਨੋਰ ਕਰਦੇ ਆਂ ਅਸੀਂ ਅਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਦੀ ਸੰਸਕਾਰ ਕਿੱਦਾਂ ਦੀ ਸਿੱਖਿਆ ਦੇ ਰਹੇ ਆਂ ਪਰ ਦੂਜੀ ਗੱਲ ਜਿਹੜੀ ਹੈਗੀ ਆ ਉਹ ਸਰਕਾਰ ਦਾ ਰੋਲ ਦਾ ਜ਼ਰੂਰ ਹੈ ਸਰਕਾਰ ਜਿਹੜੀ ਸਕੂਲਾਂ ਦੇ ਵਿੱਚੋਂ ਮਨਫੀ ਕਰ ਦਿੰਦੀ ਹੈ ਸਿੱਖਿਆ ਜਿਹੜੀ ਹੈ ਉਹਦਾ ਬਹੁਤ ਵੱਡਾ ਅਸਰ ਹੈ ਪ੍ਰਾਈਵੇਟ ਹੱਥਾਂ ਦੇ ਵਿੱਚ ਸਿੱਖਿਆ ਚਲੀ ਜਾਣੀ ਹੁਣ ਆਪਣੇ तरीके ਦੇ ਨਾਲ ਸਿੱਖਿਆ ਦਿੰਦੇ ਨੇ ਕਿਤਾਬੀ ਕਿਹੜੇ ਬੱਚੇ ਨੂੰ ਬਣਾ ਕੇ ਰੱਖਦਾ ਨਾ ਉਹਨਾਂ ਨੂੰ ਮੈਨਰਸ ਨੇ ਨਾ ਖੜਨ ਦਾ ਪਤਾ ਨਾ ਬੈਠਣ ਦਾ ਪਤਾ ਬੱਚਿਆਂ ਨੂੰ ਇੰਗਲਿਸ਼ ਬੋਲਦੇ ਜ਼ਰੂਰ ਨੇ ਪਰ ਉਹਨਾਂ ਦੇ ਵਿੱਚੋਂ ਅਕਲ ਨਾ ਦੀ ਚੀਜ਼ ਜਿਹੜੀ ਉਹ ਗਾਇਬ ਹੁੰਦੀ ਜਾ ਰਹੀ ਹੈ ਮੈਨਰਸ ਗਾਇਬ ਹੁੰਦੇ ਜਾ ਰਹੇ ਨੇ ਤੁਸੀਂ ਆਪ ਦੇਖ ਸਕਦੇ ਹੋ ਮੈਂ ਤੁਹਾਨੂੰ ਦੱਸਣਾ ਕਿ ਪੀ ਐਚ ਡੀ ਤੱਕ ਦੇ ਸਟੂਡੈਂਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਪਾਰਕਿੰਗ ਤੱਕ ਤਾਂ ਨਹੀਂ ਪਤਾ ਕਿ ਪਾਰਕਿੰਗ ਕਿਵੇਂ ਕਰੀਦੀ ਆ ਆਪਣਾ ਸਕੂਟਰ ਮੋਟਰਸਾਈਕਲ ਹੋਰ ਕਿਸੇ ਚੀਜ਼ ਦੀ ਨੌਲੇਜ ਹੋਵੇ ਨਾ ਹੋਵੇ ਰਸਤੇ ਦੇ ਵਿੱਚ ਪਾਰਕਿੰਗ ਕਰਕੇ ਚਲੇ ਜਾਂਦੇ ਨੇ ਕਿੱਡੇ ਕਿ ਮਤਨ ਕਿਸੇ ਨੂੰ ਬੁਲਾਉਣਾ ਕਿਵੇਂ ਆ ਇਹ ਨਹੀਂ ਪਤਾ ਕਿਸੇ ਨਾਲ ਡੀਲ ਕਿਵੇਂ ਕਰਨਾ ਹੈ ਗੱਲਬਾਤ ਕਿਵੇਂ ਸ਼ੁਰੂ ਕਰੀਂਦੇ ਕੁਝ ਨਹੀਂ ਪਤਾ ਇਹ ਗੱਲਾਂ ਸਾਰੀਆਂ ਸਾਨੂੰ ਪਰਿਵਾਰ ਚੋਂ ਔਰ ਸਕੂਲੀ ਸਿੱਖਿਆ ਚੋਂ ਮਿਲਦੀਆਂ ਨੇ ਸਕੂਲੀ ਸਿੱਖਿਆ ਸਰਕਾਰ ਨੇ ਖੋਲੀ ਪਰਿਵਾਰ ਜਿਹੜਾ ਹੈਗਾ ਉਹ ਮੋਬਾਈਲ ਨੇ ਤੇ ਟੀਵੀ ਨੇ ਖੋਲਿਆ ਮਾਪੇ ਆਜਾ ਅੱਜ ਬੇਰਜ਼ਗਾਰੀ ਔਰ ਮਹਿੰਗਾਈ ਇੰਨੀ ਜ਼ਿਆਦਾ ਹੈ ਕਿ ਮਾਪੇ ਕੋਲ ਟਾਈਮ ਨਹੀਂ ਜਾਂ ਤਾਂ ਰੋਜ਼ੀ ਰੋਟੀ ਦੇ ਕਮਾਣ ਦੇ ਵਿੱਚ ਰੁੱਝੇ ਹੋਏ ਨੇ ਤੇ ਜਿਨ੍ਹਾਂ ਕੋਲ ਥੋੜਾ ਪੈਸਾ ਹੈ ਆਪਣੀ ਰੋਜ਼ੀ ਰੋਟੀ ਲਈ ਉਹ ਫੋਨ ਜਾਂ ਟੀਵੀਆਂ ਦੇ ਵਿੱਚ ਰੁੱਝੇ ਹੋਏ ਨੇ ਸਕੂਲ ਦੇ ਬੱਚੇ ਜਿਹੜੇ ਹੈਗੇ ਉਹ ਪ੍ਰਾਈਵੇਟ ਕਰਦੇ ਐ ਪ੍ਰਾਈਵੇਟ ਸਕੂਲਾਂ ਜਾਂਦੇ ਆ ਉੱਥੇ ਕਿਸ ਸਟੈਂਡਰਡ ਦੇ ਅਧਿਆਪਕ ਨੇ ਜਿਹੜੇ ਸਕੂਲਾਂ ਦੇ ਵਿੱਚ ਸਿੱਖਿਆ ਦੇ ਰਹੇ ਨੇ ਉਹ ਤੁਸੀਂ ਖੁਦ ਜਾਣਦੇ ਹੋ ਤੇ ਮੇਰੇ ਖਿਆਲ ਮੋਰਲ এডੂਕੇਸ਼ਨ ਖਤਮ ਹੋਣ ਕਰਕੇ ਹੀ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਉਹ ਦਿਨ-ਪ੍ਰਤੀ ਦਿਨ ਸਾਹਮਣੇ ਆ ਰਹੀਆਂ ਨੇ ਤਾਂ ਸਟੂਡੀਓ ਸਾਡੇ ਨਾਲ ਜੁੜਨੇ ਧੰਨਵਾਦ ਪਰਮਿੰਦਰ ਜੀ ਸ਼ੁਕਰੀਆ ਜੀ ਤਾਂ ਇਸਨ ਸਾਡੇ ਸੀਨੀਅਰ ਪੱਤਰਕਾਰ ਪ੍ਰਮੇਂਦਰ ਸਿੰਘ ਰਾਏਪੁਰ ਜੀ ਜਿਨ੍ਹਾਂ ਨੇ ਸਾਡੇ ਨਾਲ ਇਹਨਾਂ ਪੱਖ ਦੇ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਕੀਤੀ। ਦੁਬਾਰਾ ਫਿਰ ਰੂਬਰੂ ਹੋਵਾਂਗੇ ਕੋਈ ਨਵੇਂ ਮੁੱਦੇ ਲੈ ਕੇ ਤੇ ਕਰਾਂਗੇ ਵਿਚਾਰ-ਵਿਰਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।